छोटी बहनों को कितना फायदा होता है इतनी सुखद गर्मी में। सत्री सुखात सागर फ्रेश मक्खन मजे था। किन्ने किन्ने प्यारे आंदे ਇਹ ਤੁਸੀਂ ਨਾ ਇਹਦੇ ਸਾਹਮਣੇ ਰੱਖੋ ਆ ਸਾਈਡ ਤੇ ਇੱਧਰ ਕਰੋ ਬਰਤਨਾਂ ਦੇ ਵੀ ਤੁਸੀਂ ਘੇਰਾ ਸੈਟਿੰਗ ਚੇਂਜ ਕਰਦੇ ਆ ਨਾ ਇੱਧਰ ਆ ਵਾਲੀ ਉਹ ਵੀ ਕਿੱਡੇ ਸੋਹਣੇ ਪਿੰਕ ਰੰਗ ਦੇ ਉਹ ਕਿੰਨੇ ਪਿਆਰੇ ਕੋਨੇ 'ਚ ਉਹ ਵਾਲਾ ਵੇਖਣੇ ਹਿਸਾਬ ਲਾਉਣੇ ਮੈਂ ਫਿਰ ਸਾਗ ਤੁਹਾਨੂੰ ਕੱਢ ਕੇ ਦੇਵਾਂ ਜਾਂ ਉਹ ਬਾਅਦ 'ਚ ਕਰ ਦਿਓ ਨਾ ਹੈ ਬਾਅਦ 'ਚ बारिश फिर मैं उठ के वेखा मैं वेखा तो छत टपकन लगी चमच बहुत प्यारी है पता लगता कोई चीज चमच लिया ਮੈਂ ਕਿਹਾ ਛਾਪਾ ਨਾ ਲੱਗੇਗਾ ਤੇ ਇਹਦੇ ਨਾਲ खांसी का फर्क पी मम्मी ने सो ਮੈਰੀ ਬਰਨ ਦੇ ਕੇ ਗਈ ਅੰਮੀ ਨੇ ਫੜ ਕੇ ਤੇ ਉਹ ਨਾ ਅੰਮੀ ਨੇ ਫੜ ਕੇ ਉਹਨਾਂ ਨੂੰ ਕਿਹੜਾ ਨਾ ਆਪ ਹੀ ਖਾ ਛੜਿਆ ਅੰਮੀ ਦਾ ਘਰ ਹੀ ਰਹਿ ਗਿਆ ਸੀ ਇਹ ਕੀ ਲਿਖਿਆ ਪੜ੍ਹ ਕੇ ਸੁਣਾ ਮੈਨੂੰ ਪੜ੍ਹ ਕੇ ਸੁਣਾ ਸੇਲ ਸੇਲ ਕਿੰਨੀ ਖੁਸ਼ਬੂ ਆ ਰਹੀ ਹੈ ਨਾ ਨਾ ਨਹੀਂ ਲਈ ਉਹ बस करो बस करो देसी घ्यो सारा भर चले दे बस करना बड़ा खालस दुद्ध साढ़े तो लभदा ही नहीं है अज इन्होंने ना किया इन्होंने लोड़ लै के रात का भी दुद्ध रखे फिर सवेर का नहीं ना मैनू इन्हें देना इन्हें मैनू देरी का रात मैं क्या चल ना हो मुरब्बे का दिता मुरब्बे की जगह नहीं नहीं ਨਹੀਂ ਮੈਂ ਵੇਖਿਆ ਸੁਣ ਬੜਾ ਫਾਇਦੇ ਵਾਲਾ ਖਾਂਸੀ ਵਾਲੇ ਮਰੀਜ਼ਾਂ ਵਾਸਤੇ ਸਹੀ ਮੈਂ ਅੰਮੀ ਨੂੰ ਘੱਲਣਾ ਸੀ ਮੈਂ ਹਾਲੇ ਟੇਸਟ ਕਰਨੇ ਉਦੋਂ ਆਇਆ ਨਹੀਂ ਸੀ ਆ ਸਾਹਿਬ ਕਿਹਦਾ ਕੁੜੀ ਜਾ ਰਿਹਾ ਨੇ ਬਾਸ ਆ ਪਰ ਨਹੀਂ ਮੈਂ ਐਡਾ ਹੈਰਾਨ ਮੈਂ ਕਿਹਾ ਮੈਂ ਕਿਹਾ ਭਾਈ ਉਹ ਤਾਂ ਚੱਬਿਆ ਹੀ ਨਹੀਂ ਜਾਂਦਾ ਕਹਿੰਦਾ ਫਿਰ ਉਹ ਵਾਇਨੇ ਲਾਦਾ ਜਿਸ ਨਾਲ ਨਾ ਸਹੀ ਜਿਹੜਾ ਮੈਨੂੰ ਲੱਗਾ ਉਹ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਜਿਸ ਨਾਲ ਨਾ ਗਡੇਰੀਆਂ ਦਾ ਮਰਦ ਆਇਆ ਤੇ ਉਹ ਕਹਿੰਦਾ ਗੋਲ ਹੁੰਦੇ ਨਾ ਜਦੋਂ ਉਹ ਤਾਂ ਨਰਮ ਹੁੰਦਾ ਵੀ ਫਸ ਜਾਂਦਾ ਸੀ ਨਹੀਂ ਟੇਸਟੀ ਸੀ ਵੈਸੇ ਮੈਂ ਵੇਖਿਆ ਸੀ ਮੈਨੂੰ ਖਾਂਸੀ ਜਿਹੀ ਲੱਗੀ ਮੈਂ ਖਾ ਕੇ ਦੇਖਿਆ ਇੱਕ ਫਰਕ ਪੈਂਦਾ ਤੇ ਉਹ ਨਾ ਉਹ ਤਾਂ ਕਵਰ ਚੜਾ ਦਾ ਕਹਿੰਦੀ ਹਾਂਜੀ ਉਹਦੇ ਵਿੱਚ ਨਾ
ਬਹਿਨੋਂ ਕੋਲ ਕਿੰਨਾ ਫਾਇਦਾ ਹੁੰਦਾ ਹੈ। ਕੱਲ੍ਹ ਹਮ ਆਪਣੀ ਕੱਲ੍ਹ ਹਮ ਲੋਕ ਆਪਣੀ ਛੋਟੀ ਬਹਿਨ ਕੇ ਤਰਫ ਗਏ ਥੇ ਤੋ ਵਹਾਂ ਉਸਨੇ ਵੋ ਜੋ ਨਾ ਹਾਲਾਂਕਿ ਸੀਜ਼ਨ ਆਊਟ ਹੋ ਗਿਆ ਹੋਵੇ ਉਸਨੇ ਸਾਗ ਬਣਾਇਆ ਹੋਇਆ ਥਾ ਤੋ ਫਰੀਜ਼ ਕੀਆ ਹੋਇਆ ਥਾ ਕਿ ਉਸਨੇ ਹਮੇ ਕੋਲ ਸਨ ਸਾਗ ਹੀ ਦਿਆ ਥਾ ਫਰੀਜ਼ ਕੀਆ ਹੋਇਆ। ਮੌਸਮ ਤੋਂ ਇਸਕਾ ਕੱਪ ਕਾ ਜਾ ਚੁੱਕਾ ਅਬ ਤੋ ਗਰਮੀ ਹੈ ਤੋ ਉਸਨੇ ਕਾਫੀ ਸਾਰਾ ਫਰੀਜ਼ ਕੀਆ ਹੋਇਆ ਥਾ ਤੋ ਫਿਰ ਉਸਨੇ ਇਹ ਵੀ ਹਮੇ ਵੀ ਟਿਫਨ ਇਤਨਾ ਬੜਾ ਭਰ ਕੇ ਦਿਆ ਸਾਗ ਯਹੀ ਨਹੀਂ ਸਾਥ ਉਸਨੇ ਪੂਰੇ ਮੱਖਣ ਦੇਸੀ ਮੱਖਣ ਔਰ ਪਿਓਰ ਇਹ ਦੇਸੀ ਘੀ ਦਾ ਡਿੱਬਾ ਵੀ ਦਿਆ ਛੋਟੀ ਭੈਣਾਂ ਕੋਲ ਕਿੰਨਾ ਫਾਇਦਾ ਹੁੰਦਾ ਹੈ। ਮਾਸ਼ਾਅੱਲਾ ਸੇ ਬਣੀ ਬਣਾਈ ਰੈਡੀਮੇਡ ਹਰ ਚੀਜ਼ ਆਪਕੋ ਮਿਲ ਜਾਤੀ ਹੈ। ਉਸਨੇ ਗਲ ਕਰ ਲੈ ਖੁਦ ਕਰ ਲਈ ਕਿ ਨਾ ਨਿਕਾਲਾ ਵਾ ਦੁੱਧ ਲੈ ਕੇ ਤੋ ਪੁੱਛਦਾ ਉਸਨੇ ਮੱਖਣ ਬਣਾਇਆ ਵਾ ਹਾਲਾਂਕਿ ਬੰਦਾ ਖੁਦ ਵੀ ਕਰਾ ਸਕਦਾ ਲੇਕਿਨ ਉਸਨੇ ਉਸਨੇ ਮੈਂ ਦੇ ਸਕਦੀ ਹੈ ਅਭੀ ਹਮਨੇ ਸਿਰਫ ਇਹ ਕਰਨਾ ਕਿ ਇਸਕੋ ਬਗਾਰ ਲਾ ਲਗਾਉਣਾ ਅਦਰਕ ਔਰ ਇਸਕੋ ਔਰ ਇਹ ਚੱਲੇ ਇਤਨੀ ਮਿਹਨਤ ਵਾਲਾ ਕਾਮ ਜੋ ਸਾਗ ਇਹ ਰੈਡੀ ਹੋ ਜਾਣਾ ਇਨਸ਼ਾ ਅੱਲਾਹ ਤਾਲਾ। ਅੱਜ ਹਮ ਇਸਕੋ ਲੰਚ ਯੂਜ਼ ਕਰੇਂਗੇ। ਅਲਹਮਦੁਲਿਲਾ ਅੱਲਾਹ ਕੀ ਹਰ ਨਿਮਤ ਕਾ ਸ਼ੁਕਰ ਕਿਆ ਖਾਣੇ ਕੀ ਦੂਸਰੇ ਖਾਣੇ ਪੀਣੇ ਕੀ ਹਰ ਚੀਜ਼ ਸ਼ੁਕਰੀਆ ਅੱਲਾਹ ਸ਼ੁਕਰੀਆ। ਸ਼ੁਕਰ ਅੱਲਾਹ ਕਾ ਹਰ ਨਿਮਤ ਕਾ ਹਰ ਰਿਸ਼ਤੇ ਕਾ ਅੱਲਾਹ ਸਲਾਮਤ ਰੱਖੇ ਸਾਰੇ ਰਿਸ਼ਤਿਆਂ ਕੋ ਇਹ ਕਿਤਨਾ ਇਸਕਾ ਕਿਤਨਾ ਖਿਆਲ ਕਰਦੇ ਹੈ ਬਹਿਨ ਨੇ ਤਾਂ ਵਾਕਈ ਅੱਲਾਹ ਕੀ ਸਹੀ ਮੈਨੇ ਮੈਂ ਅੱਲਾਹ ਕੀ ਨਿਆਮਤ ਹੋਤੀ ਹੈ ਬਲੈਸਿੰਗ ਔਫ ਗੋਡ ਲੈ ਲਓ ਮਾਂ ਬਾਪ ਕੇ ਪਾਸ ਬਹਿਨ ਜੈਸਾ ਰਿਸ਼ਤਾ ਇਸਕੋ ਥੋੜ੍ਹਾ ਸਾ ਫੀਲ ਕਰਤਾ ਹੈ ਮਾਂ ਬਾਪ ਕੀ ਕਮੀ ਫੀਲ ਨਹੀਂ ਹੋਣੇ ਦਿੱਤੇ ਗਏ ਤਾਂ ਇਹ ਰਿਸ਼ਤਾ ਸਭ ਕੀ ਬਹਿਨ ਕੋ ਸਲਾਮਤ ਰੱਖਿਆ ਮਾਰੀ ਔਰ ਸਭ ਕੀ ਘਰੋਂ ਮੈਂ ਖੁਸ਼ ਰਹਾਂ ਸ਼ੁਕਰ ਕਾਇਮ ਰਹੇ ਰੋਜ਼ਾਨਾ ਸਿਰਫ ਨਾ ਬਗਾਰ ਲਾਉਣਾ ਲਗਾਉਣੇ ਔਰ ਸਾਗ ਹੋ ਜੋ ਘੰਟੋ ਮੈਂ ਪਹਿਲੇ ਇਸਕੋ ਕਾਟਾ ਜਾਤਾ ਫਿਰ ਇਸਕੋ ਪਕਾਇਆ ਜਾਤਾ ਤਕਰੀਬਨ ਘੰਟੇ ਲੱਗਦੇ ਹੈ ਤੋ ਇਨਸ਼ਾ ਅੱਲਾਹ ਬਗਾਰ ਲਗਾਉਣੇ ਕੇ ਸਾਥ ਸਿਰਫ ਪਾਂਚ ਜਾਂ ਦਸ ਮਿੰਟ ਲਗਾਉਣਾ ਖਾਣੇ ਕੋ ਰੈਡੀ ਹੋ ਜਾਏਗਾ ਜੀ। ਇਤਨੀ ਗਰਮੀ ਕੇ ਮੌਸਮ ਮੇਂ ਸਾਗ ਔਰ ਸਾਥ ਦੇਸੀ ਘੀ ਲੁਕਿੰਗ ਸੋ ਯੰਮੀ ਮਸੇਦਾਰ। ਇਤਨੀ ਜ਼ਿਆਦਾ ਗਰਮੀ ਮੇਂ ਵੀ ਬਸ ਭੈਣ ਨੇ ਬਣਾਇਆ ਹੋਇਆ ਥਾ ਤੋ ਉਸਕੋ ਸੁਣਿਆ ਸੁਣਿਆ ਵੀ ਫਰੀਜ਼ ਕਿਆ ਵਾ ਮੈਂ ਦੇ ਰਹੀ ਹਾਂ ਤੋ ਇਹ ਖਾਣੇ ਵੀ ਇਤਨਾ ਮਜ਼ੇਦਾਰ ਮਜ਼ੇਗਾ ਥਾਨੂੰ ਮਜ਼ਾ ਆ ਗਿਆ ਗਰਮੀਆਂ ਮੇਂ ਸਰਦੀਆਂ ਕੀ ਸੁਗਾਤ ਖਾ ਕੇ ਸੋ ਕਸਾ